ਯਾਰ ਹੁਣ ਮਜ਼ਦੂਰੀ ਮਿਲਦੀ, ਪੈਟਰੋਲ ਨਹੀਂ ਵੱਧ ਗਿਆ, ਪੈਟਰੋਲ ਨਹੀਂ ਵੱਧ ਗਿਆ, ਪੈਟਰੋਲ ਦਾ ਖਰਚਾ ਵਾਲਾ, ਮਸ਼ੀਨਾਂ ਦਾ ਖਰਚਾ ਹੈ, ਆਪਣੀ ਜਾਨ ਬ੍ਰੇਕ ਰਹਿੰਦੇ ਪਏ ਬਈ ਜਾਨ। ਇਹ ਇੱਕ ਬਈ ਫੈਂਤਰੀ ਨੇ ਨਾਲ ਸਫੈਦ ਤੇਲ ਵਾਲੀ ਪੈ ਨਾ ਹੀ ਸੌਖਾ ਜੀ ਭੁੱਲ ਪੈਂਦਾ, ਕਿਹੜਾ ਸੌਖਾ ਜੀ ਬੰਦੇ ਆ ਜੈਸਪਰ, ਕਿਹੜੀ ਸਫੈਦ ਤੇਲ ਵਾਲਾ ਪੈਕਟ ਹੈ ਜੈਸਪਰ ਦਾ। ਅੱਛਾ ਅੱਛਾ, ਤੇ ਨਾਲ ਬਈ ਫੈਂਤਰੀ ਨੇ ਨਾਲ ਐਮ ਐਮ ਐਕਟਨ ਦਾ ਇੱਕ ਮਿਲਾਪ ਇੱਕ ਕੱਢਣਾ। ਅੱਛਾ, ਉਹ ਸਪਰੇ ਥੀਂਦੀ ਪਈ ਹੈ ਤਕਰੀਬਨ ਥੀਂਦੀ ਪਈ ਹੈ ਸੱਤਵੀਂ ਅੱਠਵੀਂ। ਅੱਛਾ, ਚੋ ਕੀ ਫਾਇਦਾ ਹੈ ਸਰੀਂ ਦਾ, ਫਾਇਦਾ ਦੱਸ ਦੇ। ਫਾਇਦਾ ਇਹ ਵੇ ਕਿ ਕੀੜੇ ਮਾਰ ਦਵਾਈ ਦਾ ਮਕਸਦ ਇਹ ਹੁੰਦਾ ਹੈ ਕਿ ਸਫੈਦ ਤੇਲਾ ਤੇ ਪੀ ਆਈ ਦੋ ਤੇ। ਅੱਛਾ, ਫਿਰ ਇਹਨੇ ਟ੍ਰਿਪਸ ਮਰਦੀ ਹੈ ਇਹਦੇ ਸਫੈਦ ਤੇਲਾ ਸਬਜ਼ ਤੇਲਾ। ਅੱਛਾ, ਅਮਰੀਕਨ ਸੁਣਦੀ ਸਰ, ਇਹ ਬੜਾ ਤੁਸੀਂ ਖਰਚ ਕਰਦੇ ਪਏ, ਕੋਈ ਰੇਟ ਸ਼ੇਟ ਹੀ ਅੱਛੇ ਇਨਕਾ ਹੈ ਨਾ? ਰੇਟ ਤਾਂ ਫਿਲਹਾਲ 6000 ਤੇ ਖੜੀ ਹੈ ਭਾਈ। ਅੱਛਾ, 6000 ਮਾਣ ਜੀ, 6000 ਤੇ ਮਾਣ। ਦੇਖੋ ਅੱਲਾ ਅੱਲਾ ਕੀਤੀ ਪਏ ਹੈ, ਕਿਉਂਕਿ ਮਿਹਨਤ ਨਾ ਕਰੋ ਤਾਂ ਪੈਦਾਵਾਰ ਹੀ ਸਹੀ ਨਹੀਂ ਆਉਂਦੀ, ਮਿਹਨਤ ਤਾਂ ਕਰਨੀ ਪੈਂਦੀ ਹੈ, ਪਾਣੀ ਦੇਣਾ ਪੈਂਦਾ ਹੈ, ਖਾਦਾਂ ਦੇਣੀਆਂ ਪੈਂਦੀਆਂ। ਨੱਪਾਂ ਆ ਠੀਕ ਹੈ।